ਸਸਿਕਾ ਜੀ ਕੀ ਹਾਲ ਚਾਲ ਆ ਸੋ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਆਪਣੇ ਸ਼ਗਨ ਦੀ ਐਲਬਮ ਜਿਵੇਂ ਤੁਸੀਂ ਸਾਡੇ ਵਿਆਹ ਦੇ ਹਾਈਲਾਈਟਸ ਵੇਖੇ ਤੁਹਾਨੂੰ ਬਹੁਤ ਵਧੀਆ ਲੱਗੇ ਤੇ ਅਸੀਂ ਪੋਸਟ ਵੀ ਪਾਈ ਸੀ ਕਿ ਅਸੀਂ ਆਪਣੀ ਸ਼ਗਨ ਦੀ ਐਲਬਮ ਦਿਖਾਈਏ ਸਾਰਿਆਂ ਨੇ ਬਹੁਤ ਵਧੀਆ ਕਮੈਂਟ ਕੀਤੇ ਸੋ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਆਪਣੇ ਸ਼ਗਨ ਦੀ ਐਲਬਮ ਆ ਯੂ ਵੀ ਦੱਸ ਤੂੰ ਪਹਿਲਾਂ ਦੇਖੀ ਐਲਬਮ ਇਹ ਐਲਬਮ ਵੇਖੀ ਮੈਂ ਕਦੇ ਨਹੀਂ ਦੇਖੀ ਫਰੈਂਡਸ ਪਹਿਲੀ ਵਾਰੀ ਦੇਖਣ ਲੱਗੇ ਆ ਕਿੰਨਾ ਕਿ ਐਕਸਾਈਟਡ ਆ ਸਾਰਿਆਂ ਦਾ ਪੁੱਛੂਗਾ ਕੌਣ ਕੌਣ ਲਓ ਵੀ ਯੂ ਵੀ ਪੁੱਛੂਗਾ ਵੀ ਕੌਣ ਆ ਫੋਟੋ ਦੇ ਵਿੱਚ ਕਿਉਂਕਿ ਇਹਨੇ ਦੇਖੀ ਤੂੰ ਉਦੋਂ ਕਿੱਥੇ ਸੀ ਵਿਆਹ ਤੇ ਕਿਉਂ ਨਹੀਂ ਆਇਆ ਸਗਨ ਤੇ ਕਿਉਂ ਨਹੀਂ ਆਇਆ ਸੀਗਾ ਇੰਗੇਜਮੈਂਟ ਤੇ ਮੰਮਾ ਜੀ ਦੇ ਕਿਉਂਕਿ ਪਹਿਲਾਂ ਮੈਂ ਹੈ ਹੀ ਨਹੀਂ ਸੀਗਾ ਤੂੰ ਕਿੱਥੇ ਗਿਆ ਸੀਗਾ ਮੈਂ ਤਾਂ ਉੱਪਰ ਭਗਵਾਨ ਜੀ ਕੋਲ ਸੀਗਾ ਮੈਂ ਇੱਦਾਂ ਕਿੱਥੇ ਸੀਗਾ ਸੋ ਆਪਾਂ ਲਓ ਜੀ ਸ਼ੁਰੂ ਕਰਦੇ ਆ ਸਾਈਡ ਆ ਆ ਦੇਖੋ ਜੀ ਤੇ ਆ ਫਰੰਟ ਸਾਈਡ ਆ ਫਰੈਂਡਸ ਮੈਂ ਤੁਹਾਨੂੰ ਦੱਸਦਾ ਹਾਂ ਸੋ ਹੁਣ ਆਪਾਂ ਸ਼ੁਰੂ ਕਰਦੇ ਆ ਹੱਥ ਜੁਬੀ ਨੇ ਹੱਥਾਂ ਨਾਲ ਕਵਰ ਕਰਦਾ ਲਓ ਜੀ ਸ਼ੁਰੂ ਹੋਣ ਲੱਗਿਆ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਆ ਕਵਰ ਪੇਜ ਆ ਗਿਆ ਵੇਖੋ ਲਓ ਜੀ ਇਹ ਚ ਪਲੇਨ ਪੇਜ ਆ ਗਏ ਇਹ ਪਲੇਨ ਕਿਉਂ ਛੱਡਿਆ ਕਿ ਸਾਈਨ ਸੂਨ ਕਰਨ ਨੂੰ ਆ ਆਟੋਗ੍ਰਾਫ ਲੈਣ ਵਾਲਾ ਲਓ ਜੀ ਆ ਦੇਖੋ ਸਾਡੇ ਪੋਜ਼ ਆ ਵੇਖੋ ਜਗਮੀਤ ਦੱਸਿਓ ਕਿੰਨਾ ਕੁ ਫਰਕ ਪੈ ਗਿਆ ਸਾਡਾ ਆ ਮੈਂ ਯੂ ਇਸ ਇਧਰ ਵੀ ਇਹ ਮੈਂ ਹੂੰ ਇਹ ਇਸਕੇ ਦਾਂਤ ਹੈ ਆ ਦੇਖੋ ਇਧਰ ਵੀ ਇਹ ਆ ਕੀ ਲਿਖਿਆ ਯਾਰ ਮੇ ਦਾ ਲਵ ਯੂ ਆਰ ਸ਼ੇਅਰਿੰਗ ਟੁਗੇਦਰ ਐਂਡ ਹੈਪੀਨੈਸ ਯੂ ਆਰ ਨੋਨ ਫਿਲ ਯੂਰ ਹਾਰਟ ਵਿਦ ਪਲੇਜ਼ਰ ਔਨ ਦਿਸ ਡੇ ਐਂਡ ਡੇ ਟੂ ਕਮ ਕਿਆ ਬਾਤ ਹੈ ਕਾਫੀ ਟਾਈਮ ਬਾਅਦ ਮੈਂ ਤਾਂ ਬਹੁਤ ਟਾਈਮ ਬਾਅਦ ਇਹ ਮਤਲਬ ਇੱਕ ਅੱਧੀ ਵਾਰੀ ਦੇਖੀ ਹੋਣੀ ਉਦੋਂ ਇਹ ਮੈਂ ਲਾਦਾ ਇਹ ਸਾਰੀਆਂ ਪੈਸੇ ਇਹਨੂੰ ਐ ਰੱਖ ਚੰਗੀ ਤਰ੍ਹਾਂ ਉਹ ਲਾਈਟ ਪੈਂਦੀ ਆ ਫਿਰ ਐਂ ਸਹੀ ਰਹੂਗੀ ਲਓ ਜੀ ਇਹ ਸਾਡੇ ਤਿੰਨ ਪੇਜ ਪੋਜ਼ ਦੇ ਹੀ ਆ ਗਏ ਆ ਵੇਖੋ ਫਿਰ ਪੋਜ਼ ਤੇ ਪੋਜ਼ ਉਹ ਕੀਤਾ ਆ ਬੈਕਗ੍ਰਾਉਂਡ ਲੱਗੀ ਆ ਨਾ ਆ ਵੇਖੋ ਜੀ ਲਓ ਜੀ ਪੁਰਾਣੀ ਕੋਠੀ ਜਿਹੜਾ ਤੁਹਾਨੂੰ ਦਿਖਾਇਆ ਸੀ ਨਾ ਇਹਨਾਂ ਨੇ ਜੱਦੀ ਘਰ ਮਤਲਬ ਜਿੱਥੇ ਪਹਿਲਾਂ ਰਹਿੰਦੇ ਹੁੰਦੇ ਸੀ ਇਹ ਜਿਸ ਟਾਈਮ ਸਾਡਾ ਵਿਆਹ ਹੋਇਆ ਸੀ ਉਦੋਂ ਇਹ ਇਸ ਘਰ 'ਚ ਰਹਿੰਦੇ ਸੀ ਇਹ ਵੀ ਆਪਣੇ ਉਹ ਵਣ ਦੀ ਉਹ ਜਿਹੜਾ 300 ਸਾਲ ਪੁਰਾਣਾ ਵਣ ਆ ਜੇ ਤੁਸੀਂ ਨਹੀਂ ਵੇਖਿਆ ਆਪਾਂ ਆਈ ਬਟਨ 'ਚ ਦੇ ਦਾਂਗੇ ਤੁਸੀਂ ਇਹ ਜੱਦੀ ਘਰ ਵੀ ਵੇਖ ਸਕਦੇ ਹੋ ਆ ਸਾਡੀ ਪੂਰੀ ਫੈਮਿਲੀ ਆ ਗਈ ਇਹ ਨੀਤੂ ਕੀ ਫੈਮਿਲੀ ਇਧਰੋਂ ਇਹ ਜਦੋਂ ਆਏ ਸੀ ਆ ਦੇਖੋ ਇੱਥੇ ਆ ਰਹੇ ਆ ਵੇਟ ਕਰਦੇ ਇਹਨਾਂ ਦੀ ਰੈਸਟੋਰੈਂਟ ਦੇ ਬਾਹਰ ਖੜੇ ਸੀ ਆ ਵੇਖੋ ਜਗਮੀਤ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੇ ਆ ਮੇਰੇ ਡੈਡੀ ਆ ਆ ਡੈਡੀ ਆ ਮੇਰਾ ਮਾਮਾ ਆ ਪਾਪਾ ਨੇ ਆ ਹਾਂ ਮੁਕਸਰ ਵਾਲੇ ਆ ਮੇਰੇ ਪਾਪਾ ਹਾਂ ਚਲੋ ਜੀ ਖੁਇੰਦਰੇ ਜਗਮੀਤ ਕੀ ਹੈ ਉਧਰਲੀ ਸਾਈਡ ਹੀ ਹੋ ਸਾਰੇ ਹਾਂ ਇਹਦਾ ਬ੍ਰਦਰ ਵੱਡਾ ਭਰਾ ਹਾਂ ਇਹਦੇ ਫਰੈਂਡਸ ਨੇ ਥੋੜੀ ਜੀ ਨਾ ਗਲੋਸੀ ਆ ਇਹ ਜਿਹੜੀ ਆਪਣੀ ਐਲਬਮ ਆ ਤਾਂ ਕਰਕੇ ਵਿੱਚ ਦੀ ਲਾਈਟਾਂ ਪੈਂਦੀਆਂ ਹਨਾ ਚਲੋ ਜੀ ਆ ਮੇਰੀ ਸਾਲੀ ਸਹਿਬਾ ਆ ਗਈ ਕੈਨੇਡਾ ਵਾਲੀ ਇਹ ਕੈਨੇਡਾ ਚਲੇ ਗਈ ਹੈ ਨਹੀਂ ਹੁਣ ਇੱਥੇ ਆ ਮੇਰੀ ਕਜ਼ਨ ਆ ਆ ਮੇਰੀਆਂ ਫਰੈਂਡਸ ਨੇ ਦੋਨੋਂ ਆ ਪਿੱਛੇ ਮਾਸੀ ਆ ਜਿਹੜੀ ਉਹ ਘਰ ਵਾਲੀ ਆ ਆਪਾਂ ਤੁਹਾਨੂੰ ਵਲੌਗ ਵਿਖਾਇਆ ਸੀ ਘਰ ਵਾਲਾ ਉਹ ਵੀ ਆਈ ਬਟਨ ਦੇ ਦਾਂਗੇ ਜੇ ਨਹੀਂ ਵੇਖਿਆ ਤਾਂ ਵੇਖ ਲਿਓ ਆ ਦੇਖੋ ਜੀ ਰੀਬਨ ਕਟਾਇਆ ਸੀ ਰੀਬਨ ਕੱਟਦੇ ਹੋਏ ਜਗਮੀਤ ਕੌਰ ਸਾਹਿਬ ਆਏ ਕੋਈ ਫਲਾਵਰ ਦਿੱਤਾ ਸੀ ਇਹ ਹਜੇ ਵੀ ਹੈਗਾ ਸਾਡੇ ਕੋਲ ਪਿਆ ਤੇ ਆ ਦੇਖੋ ਇੱਧਰ ਰੀਬਨ ਕੱਟੀ ਜਾਂਦੇ ਆ ਸਾਰੀਆਂ ਫੋਟੋਆਂ ਰੀਬਨ ਵਾਲੀਆਂ ਹੀ ਆ ਤੇ ਦੋ ਪੇਜ ਇਕੱਠੇ ਕੱਟਦੇ ਭਾਈ ਟੈ 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 ਦੇਖੋ ਤੁਸੀਂ ਲਾਈਆਂ ਐਨਕਾਂ ਜਗਮੀਤ ਦੇ ਐਨਕਾਂ ਲੱਗੀ ਹੋਈਆਂ ਤੇ ਵੀ ਨਹੀਂ ਲਾਈਆਂ ਸ਼ਗਨ ਤੇ ਵੀ ਪਹਿਲਾਂ ਐਨਕਾਂ ਦਾ ਬੜਾ ਸ਼ੌਂਕ ਸੀ ਗੋਗਲਸ ਲਾ ਕੇ ਰੱਖੋ ਆ ਵੇਖੋ ਇੱਧਰ ਆ ਮੇਰੀ ਮਾਸੀ ਆ ਇਹ ਕਾਲਬ ਤੋਂ ਆ ਇੱਥੋਂ ਜਗਰੋਂ ਕੋਲੇ ਆ ਇਹਨਾਂ ਨੂੰ ਵੀ ਤੁਹਾਨੂੰ ਮਿਲਾਵਾਂਗੇ ਕਿਸ ਦਿਨ ਆ ਦੀਦੀ ਆ ਇਹਦੇ ਜਗਮੀਤ ਦੇ ਸਿਸਟਰ ਆ ਅਜੇ ਆ ਜਿਹੜਾ ਵੱਡਾ ਹੋ ਗਿਆ ਹੁਣ ਤੁਹਾਨੂੰ ਦਿਖਾਇਆ ਸੀ ਨਾ ਜਿਹੜਾ ਗੁਰਦੁਆਰਾ ਸਾਹਿਬ ਮੇਰੇ ਨਾਲ ਗਿਆ ਸੀ ਆਪਣਾ ਜਿਹਦੇ ਵੀ ਸਾਰੇ ਰੂਹ ਭੋਰੀਆਂ ਹੋ ਗਈਆਂ ਸੀਗੀਆਂ ਹਾਂ ਸਾਰੇ ਰੂਹ ਪਾਈ ਬਟਨ ਤੇ ਦੇਦਾਂਗੇ ਜੇ ਨਹੀਂ ਵੇਖਿਆ ਤੁਸੀਂ ਵੇਖ ਲਓ ਹੁਣ ਤਾਂ ਇਹ ਬਹੁਤ ਵੱਡਾ ਹੋ ਗਿਆ ਮੰਮੀ ਦਾ ਕਿੰਨਾ ਫਰਕ ਪੈ ਗਿਆ ਆ ਮੰਮੀ ਆ ਆ ਮੇਰੀ ਮੰਮੀ ਆ ਜਗਮੀਤ ਦੀ ਮੰਮੀ ਆ ਤੇ ਇਧਰ ਆ ਜਗਮੀਤ ਦੀ ਆ ਆਸਟ੍ਰੇਲੀਆ ਚਲੇ ਗਈ ਆ ਕੈਨੇਡਾ ਚਲੇ ਗਈ ਇਹਨਾਂ ਦੀ ਮੈਰਿਜ ਹੋ ਗਈ ਸੀ ਆ ਮੇਰੀ ਭੂਆ ਦੀ ਕੁੜੀ ਆ ਇਹਦਾ ਵੀ ਬਸ ਥੋੜੇ ਟਾਈਮ ਤੱਕ ਵਿਆਹ ਆਪਾਂ ਤੁਹਾਨੂੰ ਵਲੌਗ ਦਿਖਾਵਾਂਗੇ ਇਹ ਵੀ ਕੈਨੇਡਾ ਚ ਆ ਸਾਡੀ ਫੈਮਿਲੀ ਆ ਗਈ ਆ ਫੈਮਿਲੀ ਇਹਨਾਂ ਦੀ ਆ ਹਾ ਭਾਬੀ ਹਾਂ ਮੇਰੀ ਜਠਾਣੀ ਆ ਇਹਨਾਂ ਦੀ ਮੇਰੀ ਮੰਮੀ ਆ ਸੀਰਤ ਜਮਾ ਛੋਟੀ ਜੀ ਸਦੋਂ ਤੇ ਆ ਮੰਮੀ ਆ ਆ ਇਹਦੀ ਮਤਲਬ ਕਿ ਇਹਦੀ ਰਮਨ ਦੀ ਸਿਸਟਰ ਛੋਟੀ ਹੈ ਤਾਂ ਤੇ ਆ ਆ ਵੱਡੀ ਭਾਬੀ ਉਹਨਾਂ ਦੇ ਘਰੇ ਜਿਹੜਾ ਆਪਣਾ ਚੰਡੀਗੜ੍ਹ ਵਿਖਾਇਆ ਸੀ ਇਹ ਟਾਇਰ ਦਾ ਬੇਟਾ ਉਹਨਾਂ ਦੀ ਵਾਈਫ ਆ ਆ ਭੂਆ ਦੀ ਨੋ ਇਹਨਾਂ ਦੀ ਤੇ ਆ ਇਹਦੀ ਰਮ ਆ ਹਾ ਰਮਨ ਆ ਜਿਹੜੀ ਜਠਾਣੀ ਉਹਦੀ ਮੰਮੀ ਰਮਨ ਆ ਤੇ ਆ ਵੇਖੋ ਇੱਧਰ
ਸਾਡੀ ਫੋਟੋ ਆ ਤੁਸੀਂ ਦੇਖ ਲਿਆ ਮੇਰੀ ਸਿਸਟਰ ਵੀ ਆ ਫਰੈਂਡਸ ਮੈਂ ਤੇ ਜੰਗੀ ਤੂੰ ਵੀ ਆ ਜਾ ਤੂੰ ਵੀ ਆ ਜਾ ਭੱਜਿਆ ਭੱਜਿਆ ਉਹ ਯੂਵੀ ਵਿਚਾਰਾ ਵੇਖਦਾ ਉਹਨੂੰ ਐ ਮੈਂ ਤਾਂ ਹੈ ਨਹੀਂ ਵਿੱਚ ਤੇ ਆ ਮੇਰੀ ਕਜ਼ਨ ਆ ਆ ਹਸਬੰਡ ਇਹਨਾਂ ਦੇ ਤੇ ਇੱਧਰ ਵੇਖੋ ਆ ਵੇਖੋ ਆ ਜਸਵੀਰ ਆ ਇਹ ਆਪਾਂ ਤੁਹਾਨੂੰ ਦਿਖਾਇਆ ਕਈ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਮੇਰਾ ਬ੍ਰਦਰ ਆ ਦਲਵੀਰ ਵੀ ਛੋਟਾ ਜਿਹਾ ਸੀ ਬਹੁਤ ਛੋਟਾ ਇੱਥੇ ਦਾ ਕੱਢ ਜੋ ਕੱਢ ਜੋ ਕੱਢ ਜੋ ਕਲੀਅਰ ਆਉਂਦਾ ਹਾਂ ਨਿਊਜ਼ੀਲੈਂਡ ਚ ਵੀ ਮੇਰੀ ਮਾਸ ਦਾ ਮੁੰਡਾ ਇਹਨਾਂ ਨੂੰ ਵੀ ਮਿਲਾਵਾਂਗੇ ਆ ਸਤਵਿੰਦਰ ਆਏ ਮੇਰੀ ਭੂਆ ਦਾ ਮੁੰਡਾ ਇਹਨਾਂ ਨੂੰ ਵੀ ਮਿਲਾਵਾਂਗੇ ਆ ਮਾਸੀ ਆ ਘਰ ਵਾਲੀ ਇੱਥੇ ਮਾਸੀ ਪੂਰੀ ਅੰਗ ਲੱਗੀ ਜਾਂਦੀ ਆ ਆਪਣੀ ਫੋਟੋ ਹੀ ਨੀ ਯੂਵੀ ਇਹੋ ਜਿਹਾ ਬੰਦਾ ਜਿੱਥੇ ਦੀ ਆਪਦੀ ਫੋਟੋ ਨਾ ਹੋਵੇ ਉਹ ਦੇਖਦਾ ਵੀ ਨੀ ਚੱਲ ਕੋਈ ਗੱਲ ਨੀ ਯੂਵੀ ਦੇਖ ਥੋੜਾ ਸਿੱਧਾ ਕਰ ਚੰਗੀ ਤਰ੍ਹਾਂ ਦਿਖਾਈਏ ਚੱਲੇ ਯੂਵੀ ਭੱਜ ਗਿਆ ਮੈਂ ਟੀਵੀ ਦੇਖੂਗਾ ਇੱਥੇ ਸਾਨੂੰ ਰਿੰਗ ਨਹੀਂ ਮਿਲੀ ਅਸੀਂ ਵੇਟ ਕਰੀ ਜਾਂਦੇ ਸੀ ਮੈਨੂੰ ਯਾਦ ਆ ਚੰਗੀ ਤਰ੍ਹਾਂ ਹਾਂ ਦੇਖੋ ਜੀ ਤੇ ਇੱਧਰ ਵੇਖੋ ਆ ਸੀਰਤਾ ਇਹ ਬਹੁਤ ਵੱਡੀ ਹੋ ਗਈ ਹੁਣ ਤਾਂ ਆ ਜਿਹੜੀ ਮੈਂ ਤੈਨੂੰ ਕਜ਼ਨ ਦਿਖਾਈ ਸੀ ਉਹਦੀ ਕੁੜੀ ਆ ਆ ਸੀ ਕੇਕ ਕੱਟਣ ਲੱਗੇ ਆ ਇੱਥੇ ਕੇਕ ਕੱਟੀਆਂ ਦੇ ਆ ਫੈਮਿਲੀ ਖੜੀ ਸਾਰੀ ਜੰਗੀਤ ਕੀ ਇੱਧਰ ਸਾਡੀ ਦੇਖੋ ਕੇਕ ਸੈਰੇਮਨੀ ਹੋ ਰਹੀ ਆ ਨੋ ਜੀ ਜਾਂਦੀ ਆ ਇੱਧਰ ਆ ਵੀ ਮੰਮੀ ਕੇਕ ਖਵਾਈ ਜਾਂਦੀ ਆ ਮੈਂ ਕਿਹਾ ਇੱਧਰ ਦਿਖਾਈ ਜਾਂਦਾ ਇੱਧਰ ਵੀ ਮੰਮੀ ਕੇਕ ਖਵਾਈ ਜਾਂਦੀ ਆ ਉਦੋਂ ਕੇਕ ਦਾ ਇੱਕ ਕੰਮ ਨਵਾਂ ਫੜ ਲਏ ਸਾਰੇ ਕੇਕ ਪਾਪਾ ਵੀ ਕੇਕ ਖਵਾਈ ਜਾਂਦੇ ਆ ਦੇਖੋ ਇਹਨੂੰ ਉਦੋਂ ਬਸ ਆ ਦੇਖਿਓ ਜਿੰਨੇ ਵੀ ਬੰਦੇ ਸੀਗੇ ਕੇਕ ਖਵਾ ਲੱਗਵੇ ਅਸੀਂ ਕਾਲਾ ਕੇਕ ਮਿਲਣਾ ਸਾਰਾ ਹੀ ਹਨਾ ਬਹੁਤ ਮਤਲਬ ਕੇਕ ਖਵਾਇਆ ਹੁਣ ਅੱਜ ਕੱਲ ਤਾਂ ਵੈਸੇ ਇਕੱਲੇ ਦੋਨੋਂ ਜਣੇ ਕੱਟ ਲੈਂਦੇ ਆ ਉਸ ਟਾਈਮ ਮਤਲਬ ਅੱਜ ਤੋਂ 4-5 ਸਾਲ ਪਹਿਲਾਂ ਸਾਰੇ ਖਵਾਉਂਦੇ ਹੁੰਦੇ ਸੀ ਜਸਵੀਰ ਦੇਖੋ ਲੋ ਜੀ ਹੁਣ ਦੇਖੋ ਮੇਰੀਆਂ ਫਰੈਂਡਸ ਮੇਰੀਆਂ ਸਿਸਟਰਸ ਜਗਮੀਤ ਦੀਆਂ ਮਤਲਬ ਸਾਲੀਆਂ ਜਗਮੀਤ ਨੂੰ ਕੇਕ ਵਾਰ ਇਹਨਾਂ ਨੇ ਆ ਮੇਰਾ ਮਾਮਾ ਮਾਮੇ ਦੀ ਫੈਮਿਲੀ ਮਾਮੀ ਨਾਨੀ ਮਾਮੇ ਦੇ ਮੁੰਡੇ ਆ ਆ ਮਾਸੀ ਦੀ ਆ ਜਿਹੜਾ ਹਰਨੂਰ ਆਇਆ ਦੇ ਵਿੱਕੀ ਉਹਦੇ ਹਾਂ ਆਪਣੇ ਨਹੀਂ ਆਇਆ ਸੀਗਾ ਹਰਨੂਰ ਜਿਹੜਾ ਕਹਿੰਦਾ ਸੀ ਮੈਂ ਕੈਨੇਡਾ ਜਾਣਾ ਵਾ ਹਾਂ ਉਹ ਆਏ ਆ ਮਾਸੀ ਦੀ ਫੈਮਿਲੀ ਆ ਮਾਸੀ ਦੇ ਮੁੰਡੇ ਆ ਆ ਦਾ ਨਿਊਜ਼ੀਲੈਂਡ ਚ ਇਹਦਾ ਵਿਆਹ ਹੋ ਗਿਆ ਆ ਹਜੇ ਇੱਕ ਵਾਰ ਆ ਗਿਆ ਤੇ ਆ ਦਾ ਜਗਮੀਤ ਦੇ ਫਰੈਂਡਸ ਆ ਫੇਰ ਅਸੀਂ ਆ ਗਏ ਆ ਦੇਖ ਪਹਿਲਾਂ ਆਹ ਫੋਟੋ ਦੇਖੋ ਕਿੰਨੀ ਜ਼ਹਿਰੀ ਨਿਗਾਹ ਨਾਲ ਦੇਖ ਰਹੇ ਆ ਐ ਟੈ 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 ਆ ਵੇਖੋ ਇੱਥੇ ਸ਼ਗਨ ਕਰਨ ਲੱਗੇ ਆ ਮੈਨੂੰ ਫੁਲਕਾਰੀ ਦੇਈ ਜਾਂਦੇ ਆ ਮੰਮੀ ਵੀ ਪੂਰਾ ਖੁਸ਼ ਆ ਦੀਦੀ ਯਾਰ ਆਹ ਰਮਨ ਆ ਪੂਆ ਜੀ ਆ ਸਾਡੇ ਥੋੜੇ ਜਿਹੇ ਥੱਲੇ ਵੀ ਆਵੇਂਗੇ ਪੂਆ ਥੱਲੇ ਘੜੀ ਆ ਇੱਥੇ ਵੀ ਆ ਫੋਟੋ ਤੇ ਪੂਆ ਨਸੀਬ ਕੌਰ ਜੀ ਹਾਂ ਆ ਦੇਖੋ ਮੇਰੇ ਲਾਲ ਫੁਲਕਾਰੀ ਲਈ ਕਿੰਨੀ ਸੋਹਣੀ ਲੱਗੀ ਜਾਂਦੀ ਆ ਤੁਸੀਂ ਤਰੀ ਕਹਿਣਾ ਮੈਂ ਆਪ ਹੀ ਕਹਿ ਦਿੰਦੀ ਆ ਅੱਛਾ ਹਾਂ ਆਪਣੇ ਮੂੰਹੋਂ ਮੀਆਂ ਮਿੱਠੂ ਆ ਦੇਖੋ ਆ ਦੇਖੋ ਫੁਲਕਾਰੀ ਸ਼ਗਨ ਪਾਈ ਜਾਂਦੇ ਆ ਆ ਵੇਖੋ ਮੈਨੂੰ ਸੈੱਟ ਪਾਇਆ ਸੀਗਾ ਗੋਲਡ ਦਾ ਗੋਲਡ ਦਾ ਸੈੱਟ ਗਾਣਾ ਯਾਰ ਕੋਈ ਯਾਦ ਨਹੀਂ ਆਉਂਦਾ ਮੌਕੇ ਤੇ ਨਹੀਂ ਗਾਣਾ ਸੁਣਾਉਂਦਾ ਮੈਂ ਚਲੋ ਆਪਣੀ ਆਵਾਜ਼ ਬੜੀ ਜ਼ੋਰੇ ਘੈਂਟ ਆ ਨਾ ਫਿਰ ਆ ਸਾਡੀ ਪੂਰੀ ਫੈਮਿਲੀ ਉਦੇ ਕਰਨ ਵਾਲੀ ਪਾਪਾ ਮੰਮੀ ਦੀਦੀ ਪਿੱਛੇ ਭਾਬੀ ਆ ਆ ਅਜੇ ਵੀਰ ਸੰਧੂਰ ਵੀ ਭਰ ਰਿਹਾ ਵੀ ਦਿਖਾਓ ਐ ਨਾ ਵਿੱਚ ਰੋਕਿਆ ਕਰ ਫਿਰ ਪਤਾ ਕਿੰਨੇ ਕੱਟ ਲਾਉਣੇ ਔਖੇ ਹੁੰਦੇ ਮੈਂ ਕਹੀ ਤੇ ਆਨੀ ਆ ਵੀ ਆਹ ਫੋਟੋ ਉਹਨਾਂ ਦੀ ਨਹੀਂ ਸੇਮ ਇੱਧਰ ਚੱਲ ਚੱਲ ਤੂੰ ਚੱਲ ਚੱਲ ਤੂੰ ਇੰਨੇ ਗੰਦਾ ਮੂੰਹ ਕਰ ਲਿਆ ਹੁਣੀ ਮਿੰਟਾਂ 'ਚ ਚੱਲ ਤੂੰ ਤੈਨੂੰ ਆ ਵੇਖ ਲੋ ਇੱਧਰ ਰਿੰਗਸ ਪੈਣ ਲੱਗੀਆਂ ਨੇ ਰਿੰਗ ਸੈਰੇਮਨੀ ਹੋਣ ਲੱਗੀ ਆ ਅਸੀਂ ਡਾਇਮੰਡ ਦੀ ਰਿੰਗ ਪਾਈ ਸੀ ਇਹ ਵੀ ਡਾਇਮੰਡ ਆ ਵੀ ਡਾਇਮੰਡ ਆ ਸ਼ੋ ਯਾਦ ਹੋ ਕੇ ਭੁੱਲ ਗਏ ਮੈਨੂੰ ਤਾਂ ਯਾਦ ਹੀ ਹੈ ਜਿਹਨੇ ਪਾਈ ਉਹਨੂੰ ਤਾਂ ਯਾਦ ਹੀ ਹੁੰਦਾ ਪੁੱਛਣਾ ਤਾਂ ਹੁੰਦਾ ਹੀ ਅੱਛਾ ਜੀ ਲਓ ਜੀ ਦੇਖੋ ਮੇਰੇ ਮਹਿੰਦੀ ਕਿੰਨੀ ਚੜੀ ਸੀ ਹੱਥਾਂ ਤੇ ਵਾਹ ਜੀ ਵਾਹ ਮਹਿੰਦੀ ਦੀਆਂ ਫੋਟੋਆਂ ਬਹੁਤ ਪੋਜ਼ ਲੱਗੇ ਹੋਏ ਨੇ ਇੱਥੇ ਮੈਂ ਕਿਵੇਂ ਵੇਖੀ ਜਾਂਦੀ ਹਾਂ
ਇੱਥੇ ਕਿਵੇਂ ਮਾਰਨ ਵਾਲੀ ਗਾਂ ਵੱਲ ਨੂੰ ਦੇਖ ਰਹੀ ਨਵਨੀਤ ਮਾਰਨ ਵਾਲੀ ਆਹ ਦੇਖੋ ਸ਼ਗਨ ਕਰਨ ਲੱਗਿਆ ਚੰਗੀ ਤੂੰ ਟਿੱਕਾ ਲਾਉਣ ਲੱਗਿਆ ਚਲੋ ਜੀ ਮੇਰੇ ਟਿੱਕਾ ਲਾ ਦਾ ਦੀ ਹੈ ਸ਼ਗਨ ਵਾਲੀਆਂ ਥਾਲੀਆਂ ਲੱਡੂ ਲੱਡੂ ਵਿਆਹ ਦਾ ਲੱਡੂ ਜੋ ਖਾਵੇ ਉਹ ਵੀ ਪਛਤਾਵੇ ਨਾ ਕਰ ਆਹ ਸ਼ਗਨ ਵਾਲੇ ਥਾਲ ਆਹ ਡਾਇਲੌਗ ਕਿਨੂੰ ਕਿਨੂੰ ਚੰਗਾ ਲੱਗਿਆ ਸਾਡੀ ਫੈਮਿਲੀ ਇਹ ਤੁਸੀਂ ਪੂਰੀ ਪਿਕਚਰ ਵੀ ਵੇਖੀ ਸੀ ਸਾਡੇ ਉੱਥੇ ਹਾਊਸ ਟੂਰ ਚ ਦਿਖਾਈ ਸੀ ਪਿੰਡ ਵਾਲੇ ਫੌਜੀ ਦੀ ਫੈਮਿਲੀ ਆਪ ਚੋ ਫੇਰ ਦੱਸਦੇ ਆ ਮੇਰੇ ਡੈਡੀ ਆ ਹਾਂ ਆ ਦਾਦਾ ਜੀ ਆ ਆ ਚਾਚਾ ਆ ਜਸਵੀਰ ਆ ਮਾਸੀ ਆ ਮੰਮੀ ਆ ਤਲਵੀਰ ਆ ਚੂਤ ਵਾਹ ਜੀ ਵਾਹ ਇੱਧਰ ਆ ਜੋ ਹੁਣ ਆ ਵੇਖੋ ਮੂੰਹ ਮਿੱਠਾ ਕਰਾ ਰਹੇ ਆ ਆ ਮੇਰੀ ਭੂਆ ਇਹ ਵੱਡੀ ਭੂਆ ਆ ਪਿੱਛੇ ਛੋਟੀ ਭੂਆ ਤੇ ਆ ਵੀ ਉਹੀ ਫੋਟੋਆਂ ਜੰਗੀ ਦੇ ਚੇਰ ਪਾਈ ਜਾਂਦੇ ਵੇਖੋ ਅੱਛਾ ਪੋਤੇ ਆ ਦੋਨੇ ਬਾਹਰ ਚਲੇ ਗਈ ਕੈਨੇਡਾ ਆ ਵੀ ਹੁਣ ਬਹੁਤ ਵੱਡਾ ਹੋ ਗਿਆ ਉਮਰ ਹੁਣ ਤਾਂ ਇੱਥੇ ਨਿੱਕਾ ਜਿਹਾ ਲੱਗਦਾ ਫੁੱਫੜ ਆ ਮੇਰੇ ਤਾਇਆ ਤਾਈ ਨੇ ਹਰਨੂਰ ਸਿੰਘ ਗਰੇਵਾਲ ਹੁਣ ਤਾਂ ਬਹੁਤ ਪਤਲਾ ਹੋ ਗਿਆ ਦੇਖੋ ਤੁਹਾਨੂੰ ਤੇ ਦਿਖਾਇਆ ਸੀ ਨਾ ਮੇਰਾ 70 ਕਿਲੋ ਭਾਰ ਸੀਗਾ ਇਹ ਹੁਣ ਬਹੁਤ ਪਤਲਾ ਹੋ ਗਿਆ ਆਪਣੇ ਆ ਵੀ ਬੰਦਾ ਸਾਡਾ ਬਹੁਤ ਗ੍ਰੇਟ ਆ ਗੁਰਵੀਰ ਸਿੰਘ ਜੀ ਅਸੀਂ ਇਕੱਠਿਆਂ ਨੇ ਬੀਸੀਏ ਕੀਤੀ ਆ ਦੋ ਬੰਦੇ ਜਿਹੜੇ ਉੱਪਰਲੇ ਆ ਹਰਪ੍ਰੀਤ ਤੇ ਗੁਰਸੇਵਕ ਇਹ ਮੇਰੇ ਨਾਲ ਅਸੀਂ ਇਕੱਠੇ ਹੁੰਦੇ ਸੀਗੇ ਜਦੋਂ ਅਸੀਂ ਐਮਸੀਏ ਕਰਦੇ ਸੀ ਇਹ ਮੇਰੇ ਮਾਮੇ ਦਾ ਮੁੰਡਾ ਇਹ ਵੀ ਕੈਨੇਡਾ ਜੀ ਹਾਂ ਮੇਰੇ ਬ੍ਰਦਰ ਨੇ ਸਾਰੇ ਮਤਲਬ ਮਾਸੀ ਮਾਮੇ ਭੂਆ ਦੇ ਮੁੰਡੇ ਸਾਰੇ ਇਕੱਠੇ ਬੈਠੇ ਆ ਆ ਵੀ ਹੈ ਨਹੀਂ ਇਹ ਵੀ ਕੈਨੇਡਾ ਚਲੇ ਗਿਆ ਆ ਵੀ ਹੈ ਨਹੀਂ ਇਹ ਵੀ ਚਲੇ ਗਿਆ ਆ ਵੀ ਚਲੇ ਗਿਆ ਆ ਨਹੀਂ ਗਿਆ ਯਾਰਾਂ ਦਾ ਯਾਰਾ ਬੈਠਾ ਇਹ ਏਡਾ ਥੱਲੇ ਜੇ ਇਹ ਕਿੱਡਾ ਸਵੀਟ ਲੱਗਦਾ ਨਾ ਜ਼ਰੂਰ ਇਹ ਹੁਣ ਇੱਥੇ ਤਾਂ ਨਿੱਕਾ ਜਿਹਾ ਨਾ ਹੁਣ ਤਾਂ ਇਹ ਬਹੁਤ ਵੱਡਾ ਹੋ ਗਿਆ ਸਾਡੀਆਂ ਸਾਰੀਆਂ ਵੀਡੀਓ ਵੇਖਦਾ ਵਲੌਗ ਸਾਰੇ ਵੇਖਦਾ ਤੇ ਹਰ ਵਲੌਗ ਦੇ ਥੱਲੇ ਕਮੈਂਟ ਕਰਦਾ ਇੱਥੇ ਜਿਵੇਂ ਨਿੱਕਾ ਜਿਹਾ ਜਸਟ ਗਰੇਵਾਲ ਜਸਟ ਗਰੇਵਾਲ ਆ ਮੈਂ ਅੱਛਾ ਆਪ ਦਾ ਦੱਸਣਾ ਜੀ ਮੈਨੂੰ ਆਪ ਦੇ ਬਾਰੇ ਦੱਸਣਾ ਹੀ ਦੱਸਣਾ ਜਗਮੀਤ ਦੀਆਂ ਸਾਲੀਆਂ ਆ ਸਾਡੀ ਫੈਮਿਲੀ ਆ ਗਈ ਮੇਰੇ ਮੰਮੀ ਡੈਡੀ ਆ ਗਏ ਆ ਜੋਤ ਹੁਣੀ ਆ ਚਲੋ ਨੈਕਸਟ ਕੱਢਦੇ ਆ ਸੇਮ ਉਹੀ ਫੋਟੋਆਂ ਫੇਰ ਇਹਨਾਂ ਨੇ ਬਹੁਤ ਫੋਟੋਆਂ ਕਰਾਈਆਂ ਨੇ ਆਪਣੇ ਨਾਲ ਐਲਬਮ ਵੀ ਭਰੀ ਪਈ ਆ ਤੇ ਆ ਵੇਖੋ ਸੀ ਕੱਪੜ ਡਾਂਸ ਵੀ ਕੀਤਾ ਸੀ ਇੰਗੇਜਮੈਂਟ ਥੱਲੇ ਨੂੰ ਕਰਵੇ ਦਿਖਾ ਮੈਂ ਡਾਂਸ ਦੇਖੋ ਕਿਡੇ ਸੋਹਣੇ ਪੋਜ਼ ਬਣੇ ਹੋਏ ਆ ਡਾਂਸ ਤੇ ਬਾਬਾ ਕੀ ਤੁਸੀਂ ਮੇਰੀ ਡਰੈਸ ਦੱਸਿਓ ਕਿਵੇਂ ਦੀ ਸੀਗੀ ਇੱਧਰ ਵੀ ਵਾਹ ਜੀ ਵਾਹ ਡਾਂਸ ਹੀ ਡਾਂਸ ਚਲੋ ਜੀ ਅਸੀਂ ਆਪਣੇ ਵਿਆਹ ਨੂੰ ਵੀ ਕੀਤਾ ਸੀ ਤੁਸੀਂ ਆਪਣੇ ਵਿਆਹ ਵਾਲੀ ਵੀਡੀਓ ਵੀ ਵੇਖ ਲਿਓ ਉਹਦੇ ਵੀ ਤੁਹਾਨੂੰ ਥੋੜਾ ਜਿਹਾ ਦਿਖਾਇਆ ਹੋਇਆ ਕੱਪੜਾ ਡਾਂਸ ਵਿਆਹ ਨੂੰ ਵੀ ਕੀਤਾ ਸੀ ਇੱਧਰ ਵੇਖੋ ਸਾਰੇ ਡਾਂਸ ਕਰ ਰਹੇ ਆ ਦੇਖੋ ਜੀ ਦੇਖੋ ਦੇਖੋ ਜੀ ਗੁਰਸੇਵ ਟੀਂਡ ਦਾ ਸਾਹ ਸਾਡੇ ਨਾਲ ਚਲਾਇਆ ਬਿੱਟੂ ਵੀ ਬਹੁਤ ਜ਼ਿਆਦਾ ਗਰਮੀ ਸੀ ਉਦੋਂ ਆਪ ਇਹ ਬਿੱਟੂ ਦਾ ਸਾਡੂ ਆ ਇਹ ਵੀ ਕੈਨੇਡਾ ਚ ਹੈ ਬਾਈ ਇਹ ਜੂਨ ਦੇ ਮਹੀਨੇ ਚ ਸੀਗਾ ਸਾਡਾ ਸ਼ਗਨ ਬਹੁਤ ਜ਼ਿਆਦਾ ਗਰਮੀ ਸੀ ਉਦੋਂ ਇੱਧਰ ਵੀ ਵੇਖੋ ਲੇਡੀਜ਼ ਡਾਂਸ ਕਰ ਰਹੀਆਂ ਨੇ ਆ ਸਾਡੀਆਂ ਮੰਮੀਆਂ ਦੋਨੇ ਇਹ ਵੀ ਇਕੱਠੀਆਂ ਡਾਂਸ ਕਰ ਰਹੀਆਂ ਨੇ ਲਓ ਜੀ ਉਹ ਜਨਮੀਤ ਪਿੱਛੇ ਕੁੜੀਆਂ ਦੇ ਇਕੱਲੇ ਉੱਚੇ
ਆਏ ਸੀ ਕਪਲ ਡਾਂਸ ਕਰਦੇ ਸੀ ਆ ਸਾਨੂੰ ਦੇਖ ਰਹੇ ਸੀ ਉਦੋਂ ਦੀ ਫੋਟੋ ਆਹ ਅੱਛਾ ਸੱਚੀ ਹਾਂ ਗਾਣਾ ਗੱਲ ਕਰੀ ਚੰਗਾ ਆ ਵੇਖੋ ਜਗਮੀਤ ਇੱਧਰ ਦੇਖੋ ਆ ਵਾਲੀ ਫੋਟੋ ਕਹਿੰਨੀ ਹੈ ਹਟ ਜਾ ਡਿਸਕਲੋਜ਼ ਐ ਕਰੂੰਗਾ ਮੈਂ ਟੈ 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 ਦੇਖੋ ਆ ਸੀਰਤ ਤੇ ਮਿੱਟੂ ਆ ਗਿਆ ਨਾ ਆ ਦੇਖੋ ਸਮਾਈਲ ਇਹ ਹੈ ਜੀ ਸਮਾਈਲ ਬਹੁਤ ਘੱਟ ਦਿੰਦੇ ਹੁੰਦੇ ਆ ਪੂਰੇ ਦੰਦ ਬਾਹਰ ਕੱਢੇ ਆ ਆ ਵੇਖੋ ਆ ਲੋ ਸੀਰਤ ਆ ਗਈ ਦੇਖ ਸੀਰਤ ਸੀਰਤ ਦੇਖ ਲੈ ਜੀ ਵੀ ਕਿੱਡੀ ਛੋਟੀ ਹੁੰਦੀ ਸੀ ਹਾਂ ਦੇਖੋ ਇਹ ਸੀਰਤ ਲੋ ਜੀ ਆ ਦੀਦੀ ਆ ਗਈ ਨਾਲ ਅਜੇ ਆ ਗਿਆ ਆ ਵੀ ਦੀਦੀ ਆਈਆਂ ਇੱਕ ਭਾਬੀ ਆ ਆ ਭਾਬੀ ਆ ਇਹ ਦੀਦੀ ਹੈ ਦੋਨੋਂ ਇਹ ਸਾਰਾ ਪਰਿਵਾਰ ਆਪਣਾ ਦੇਖੋ ਮੈਂ ਇੱਧਰ ਆਪਦੇ ਆਪ ਨੂੰ ਤੂੰ ਰਹਿ ਜੀ ਦੱਸਣਾ ਭਾਈ ਕਿਤੇ ਚਲੋ ਜੀ ਮੇਰੀ ਫੋਟੋ ਪੂਰੇ ਪੇਜ ਤੇ ਮੈਂ ਦੱਸਣੀ ਆ ਹਾਂ ਬਿੱਟੂ ਸੇਠ ਇਹ ਬਿੱਟੂ ਆ ਇਹ ਆ ਦੇਖੋ ਇਹ ਦੋਨੋਂ ਸਾਡੂ ਸਾਡੂ ਬੈਠੇ ਆ ਆ ਦੇਖੋ ਫਿਰ ਸੇਵ ਤੇ ਮੈਂ ਤੇ ਆ ਵੇਖੋ ਇੱਥੇ ਵੀ ਡਾਂਸ ਕਰ ਰਹੇ ਆ ਇੱਧਰ ਵੀ ਫਿਰ ਤੋਂ ਬਾਅਦ ਰੋਟੀ ਖਾਣ ਲੱਗ ਗਏ ਆਹੋ ਇਹ ਵੀ ਰਿਵਾਜ ਜਾਂਦੇ ਨਾ ਚਮਚੇ ਜੇ ਅਗੇ ਮੂੰਹ ਚ ਪਾਉਂਦੇ ਹੁਣ ਵੀ ਪਾਉਂਦੇ ਆ ਪਤਾ ਪਾਉਂਦੇ ਹੀ ਹੋਣੇ ਹੁਣ ਵੀ ਇਹ ਕੋਈ ਗੱਲ ਤਾਂ ਨਹੀਂ ਹੁੰਦੀ ਯਾਰ ਦੱਸੋਗੇ ਤੁਹਾਨੂੰ ਵਧੀਆ ਲੱਗਦਾ ਇਹ ਕਰਨਾ ਲਓ ਜੀ ਸਹੀ ਗੱਲ ਆ ਦੇਖੋ ਕਿਵੇਂ ਰੋਟੀ ਤੇ ਅਟੈਕ ਕੀਤਾ ਸਾਰਿਆਂ ਨੇ ਦੇਖੋ ਹੀ ਨਹੀਂ 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 ਇਹ ਰੈਸਟੋਰੈਂਟ ਸੀਗਾ ਰੈਸਟੋਰੈਂਟ ਕੁਕੀਜ਼ ਰੈਸਟੋਰੈਂਟ ਮੁੱਲਾ ਪੁਰਚ ਦੱਸੋ ਕਿਨੇ ਕਿਨੇ ਵੇਖਿਆ ਇਹ ਰੈਸਟੋਰੈਂਟ ਕੁਕੀਜ਼ ਰੈਸਟੋਰੈਂਟ ਚਲੋ ਜੀ ਨੈਕਸਟ ਫੇਰ ਸਾਡੇ ਪੋਜ਼ ਆ ਗਏ ਬਹੁਤ ਸੋਹਣੀ ਲੱਗ ਰਹੀ ਹੈ ਨਵਨੀਤ ਕੌਰ ਚਲੋ ਇਹ ਗੱਲ ਤੁਹਾਨੂੰ ਕਿੰਨੇ ਟਾਈਮ ਦੀ ਬੈਠੀ ਸੀ ਲਓ ਜੀ ਚਲੋ ਜੀ ਖਤਮ ਆ ਵੀ ਨਵਨੀਤ ਦੀ ਫੋਟੋ ਦੇਖ ਲਓ ਕਿਹੜੀ ਨਹੀਂ ਨਹੀਂ ਆ ਦੇਖੋ ਇਹ ਵੀ ਇਹਦੀ ਫੋਟੋ ਹੈ ਆ ਵੇਖੋ ਐਂਡ ਹੋ ਗਿਆ ਇਹ ਖੜ ਜਾ ਖੜ ਜਾ ਖੜ ਜਾ ਖੜ ਜਾ ਡਿੱਗਣ ਲੱਗੀ ਸੀ ਆਪਾਂ ਤਾਂ ਕਰਕੇ ਫਿਰ ਫੜ ਲਈ ਮੈਂ ਡੇਕੀ ਨਾ ਮੈਂ ਚਲੋ ਜੀ ਆ ਯੂ ਵੀ ਬੈਠਾ ਯੂ ਵੀ ਕਬੂਤਰ ਬਣਿਆ ਬੈਠਾ ਲਓ ਜੀ ਤੁਹਾਨੂੰ ਅਸੀਂ ਐਲਬਮ ਸਾਰੀ ਦਿਖਾਤੀ ਹੈ ਸ਼ਗਨ ਵਾਲੀ ਤੇ ਆ ਯੂ ਵੀ ਲਿਟਿਆ ਬੈਠਾ ਇੱਧਰ ਇਹ ਰੌਲਾ ਪਾਈ ਜਾਂਦਾ ਵੀ ਮੈਂ ਕਿੱਥੇ ਸੀ ਨਾ ਯੂ ਵੀ ਤੇ ਕੋਈ ਗੱਲ ਨਹੀਂ ਹੁਣੇ ਬਹੁਤ ਜ਼ਿਆਦਾ ਗੁੱਸੇ ਜਾ ਨਾ ਦੇਖੋ ਮੂੰਹ ਕਿਵੇਂ ਕੀਤਾ ਇਹਨੇ ਜਿਵੇਂ ਬਲੈਡਰ ਚੋਂ ਹਵਾ ਕੱਢੀ ਹੁੰਦੀ ਆ ਚਲ ਕੋਈ ਨਾ ਉਹਨੂੰ ਛੇੜੋ ਉਹਨੂੰ ਆ ਮੈਂ ਨਹੀਂ ਛੇੜਦਾ ਉਹ ਨਹੀਂ ਛੇੜਦਾ ਨਹੀਂ ਛੇੜਦਾ ਨਹੀਂ ਛੇੜਦਾ ਨਹੀਂ ਗੱਲ ਹੀ ਕਰਨੀ ਬਹੁਤ ਹੀ ਸਵੀਟ ਬੇਬੀ ਹੈ ਤਾਂ ਲਓ ਵੀ ਇਹ ਤਾਂ ਰੌਲਾ ਰੱਪਾ ਬੰਦੇ ਦਾ ਪੈ ਰਿਹਾ ਤੇ ਤੁਹਾਨੂੰ ਕਿਵੇਂ ਲੱਗੀ ਐਲਬਮ ਪੁਰਾਣੀਆਂ ਯਾਦਾਂ ਸੀ ਵੀ ਤਾਜ਼ੀਆਂ ਕਰਨੀਆਂ ਤੁਹਾਡੇ ਦੇ ਨਾਲ ਜੇ ਤੁਹਾਨੂੰ ਵਧੀਆ ਲੱਗੀ ਕਮੈਂਟ ਕਰਕੇ ਦੱਸਿਓ ਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਸਾਨੂੰ ਦੱਸਿਓ ਜੇ ਵਿਆਹ ਵਾਲੀ ਐਲਬਮ ਦੇਖਣੀਆਂ ਤਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਅੱਛਾ ਵਿਆਹ ਵਾਲੀ ਨਾਲੇ ਅਸੀਂ ਆਪ ਵੀ ਵੇਖ ਲਾਂਗੇ ਕੰਨਾਂ 'ਚ ਯੂ ਵੀ ਚੁਗਲੀਆਂ ਕਰਦਾ ਹੋਵੇ ਚਲੋ ਠੀਕ ਹੈ ਜੀ ਸੋਚਿਆ ਪਹਿਲਾਂ ਸ਼ਗਨ ਵਾਲੀ ਦਿਖਾ ਦਿੰਦੇ ਆ ਜੇ ਤੁਹਾਨੂੰ ਵਧੀਆ ਹਾਂ ਹਾਂ ਬੋਲਾ 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 ਵਿਆਹ ਵਾਲੀ ਵੀ ਦਿਖਾ ਲਾਂਗੇ ਫਰੈਂਡ ਜੇ ਵਾਲੀ ਵੀਡੀਓ ਦਾ 50 ਬਿਲੀਅਨ ਸਬਸਕ੍ਰਾਈਬਰ ਤੁਹਾਨੂੰ ਚਾਹੀਦੇ ਆ ਇਹ ਬਿਲੀਅਨਸ ਇਹਨੂੰ ਬਿਲੀਅਨ ਸਬਸਕ੍ਰਾਈਬਰਾਂ ਦਾ ਵੜਾ ਲੱਗਿਆ ਰਹਿੰਦਾ ਵੇਖੋ 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 ਤੇ ਚਲੋ ਜੀ ਹੁਣ ਇਹ ਵੀਡੀਓ ਦੇ ਵਿੱਚ ਇੰਨਾ ਹੀ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਕੀ ਹੋ ਗਿਆ ਦੱਸ ਦੇ ਫਰੈਂਡ ਦੇਖੋ ਵੇ ਗੰਦਾ ਦੰਦ ਹਿੱਲਣ ਨਹੀਂ ਲੱਗ ਗਿਆ ਚਲ ਹਿੱਲਣਾ ਇਹ ਦੰਦ ਖਰਾਬ ਸੀ ਉਹ ਨਵੇਂ ਦੰਦ ਆਉਣ ਲੱਗ ਪਏ ਬਹੁਤ ਖੁਸ਼ ਆਇਆ ਨਾ ਆ ਦੰਦ ਹਿੱਲ ਰਿਹਾ ਇੱਕ ਤਾਂ ਚਲੋ ਵੀ ਠੀਕ ਹੁਣ ਨਵੇਂ ਦੰਦ ਆਉਣਗੇ ਨਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਮੇਰੇ ਕੋਈ ਹਰੂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ